ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਬੱਚਿਆਂ ਨੂੰ ਵੇਖੀਦਾ ਹੈ ਜਾਂ ਵੱਡਿਆਂ ਨੂੰ ਵੇਖੀਦਾ ਹੈ, ਬਾਹਰੀ ਸਮਾਜ ਦੇ ਅੰਦਰ ਬਾਹਰੀ ਮੈਚਿੰਗ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ। ਮਸਲਨ ਜੁੱਤੀ, ਕੱਪੜਾ, ਟਾਈ, ਬੈਲਟ, ਘੜੀ, ਕਾਂਟੇ ਵਾਲੇ, ਰੁਮਾਲ, ਰਿੰਗ, ਸਪੈਕਸ ਆਦਿ, ਇੱਕ ਇੱਕ ਚੀਜ਼ ਦੂਸਰੀ ਦੇ ਨਾਲ ਮੈਚ ਕਰਕੇ ਹੰਢਾਈ ਜਾ ਰਹੀ ਹੈ, ਪਾਈ ਜਾ ਰਹੀ ਹੈ। ਜਿਨ੍ਹਾਂ ਦੀ ਜੇਬ ਅਲਾਊਡ ਕਰਦੀ ਹੈ, ਜਿਨ੍ਹਾਂ ਦੀ ਨਹੀਂ ਕਰਦੀ, ਉਹਨਾਂ ਦੀ ਗੱਲ ਇੱਕ ਵੱਖਰੀ ਹੈ। ਪਰ ਬਹੁਤ ਥਾਈਂ ਇਸ ਤਰ੍ਹਾਂ ਵੀ ਹੁੰਦਾ ਹੈ ਵੀ ਜੇਬ ਤਾਂ ਅਲਾਊਡ ਨਹੀਂ ਕਰਦੀ, ਪਰ ਬੰਦਾ ਕਹਿੰਦਾ ਹੈ ਵੀ ਮੈਂ ਵਿਆਹ 'ਤੇ ਜਾਣਾ ਹੈ ਜਾਂ ਸੱਜੇ ਖੱਬੇ ਜਾਣਾ ਹੈ, ਟਾਈ ਮੈਚ ਨਹੀਂ ਕਰ ਰਹੀ, ਪੱਗ ਮੈਚ ਨਹੀਂ ਕਰ ਰਹੀ, ਇਹਦੇ ਨਾਲ ਜੁੱਤੀ ਆ ਨਹੀਂ ਚੱਲਦੀ, ਇਹਦੇ ਨਾਲ ਘੜੀ ਆ ਨਹੀਂ ਚੱਲਦੀ, ਔਰ ਬੀਬੀਆਂ ਦੇ ਵਾਸਤੇ ਇਹਦੇ ਨਾਲ ਕਾਂਟੇ ਵਾਲੇ ਆ ਨਹੀਂ ਚੱਲਦੇ, ਇਹਦੇ ਨਾਲ ਰਿੰਗ ਆ ਨਹੀਂ ਚੱਲਦੀ, ਇਹਦੇ ਨਾਲ ਆ ਨਹੀਂ ਚੱਲਦਾ, ਉਹ ਨਹੀਂ ਚੱਲਦਾ, ਇਸ ਤਰ੍ਹਾਂ ਦੀ ਮੈਚਿੰਗ ਦੇ ਉੱਤੇ ਨਾ ਬੜਾ ਜ਼ੋਰ ਦਿੱਤਾ ਜਾ ਰਿਹਾ। ਔਰ ਇਸ ਮੈਚਿੰਗ ਦੇ ਖਰਚੇ ਨੇ ਇਸ ਤਰ੍ਹਾਂ ਕਹਿ ਲਈਏ ਵੀ ਬੰਦੇ ਨੂੰ ਦੁਖੀ ਵੀ ਬੜਾ ਕੀਤਾ, ਬੰਦੇ ਨੂੰ ਪਰੇਸ਼ਾਨ ਕੀਤਾ, ਡਿਪਰੈਸ਼ਨ ਦਿੱਤਾ ਹੈ, ਚੈਨ ਜਾਂਦਾ ਲੱਗਾ, ਨੀਂਦ ਜਾਂਦੀ ਲੱਗੀ, ਸਿਰਫ ਇਸ ਮੈਚਿੰਗ ਦੇ ਚੱਕਰ ਦੇ ਅੰਦਰ। ਜਿਨ੍ਹਾਂ ਦਾ ਹੱਥ ਖੁੱਲ੍ਹਾ ਹੈ, ਮੇਰਾ ਮਤਲਬ ਜਿਨ੍ਹਾਂ ਦੇ ਹੱਥ ਦੇ ਅੰਦਰ ਮਾਇਆ ਖੁੱਲ੍ਹੀ ਹੈ, ਉਹ ਤਾਂ ਕਰ ਲੈਣ, ਕੋਈ ਗੱਲ ਨਹੀਂ। ਪਰ ਜਿਹੜੇ ਉਹਨਾਂ ਦੀ ਰੀਸ ਕਰਕੇ ਉਹਨਾਂ ਦੇ ਨਾਲ ਭੱਜਣ ਦਾ ਯਤਨ ਕਰ ਰਹੇ ਨੇ, ਉਹਨਾਂ ਦੇ ਨਾਲ ਤਾਂ ਇਸ ਤਰ੍ਹਾਂ ਹੀ ਹੋ ਰਿਹਾ ਵੀ ਜਿਵੇਂ ਇੱਕ ਪਹਿਲਵਾਨ ਭੱਜਦਾ ਹੋਵੇ, ਦੌੜਾਕ ਭੱਜਦਾ ਹੋਵੇ, ਅਤੇ ਉਹਦੇ ਨਾਲ ਇੱਕ ਉਹ ਬੰਦਾ ਭੱਜਦਾ ਹੋਵੇ ਜਿਹਦੇ ਵਿੱਚ ਭੱਜਣ ਦੀ ਹਿੰਮਤ ਨਹੀਂ ਹੈ, ਭੱਜਣ ਦੀ ਹਿੰਮਤ ਨਹੀਂ ਹੈ, ਪਰ ਉਹ ਯਤਨ ਕਰਦਾ ਮੈਂ ਇਹਦੇ ਨਾਲ ਲੱਗ ਕੇ ਦੌੜਾਂ। ਖੈਰ, ਪਹਿਲਾਂ ਆਮ ਜਿਹੜਾ ਸਮਾਜ ਦੇ ਅੰਦਰ ਚੱਲਦਾ ਹੁੰਦਾ ਸੀ ਨਾ, ਉਹ ਚੱਲਦਾ ਹੁੰਦਾ ਸੀ ਬੀਬੀਆਂ ਵਾਸਤੇ, ਵੀ ਬੀਬੀਆਂ ਸੂਟ ਬੜੇ ਪਾਉਂਦੀਆਂ ਨੇ, ਆਹ ਸੂਟ ਮੈਂ ਫਲਾਣੀ ਜਗ੍ਹਾ 'ਤੇ ਪਾਇਆ, ਫਲਾਣੀ ਮੌਤ ਮ੍ਰਿਤਕ ਦੀ ਜਗ੍ਹਾ 'ਤੇ ਪਾਇਆ, ਵਿਆਹ 'ਤੇ ਪਾਇਆ, ਪਾਰਟੀ 'ਤੇ ਪਾਇਆ, ਇੱਥੇ ਗਏ ਉੱਥੇ ਗਏ, ਪਰ ਅੱਜ ਤਾਂ ਬੰਦੇ ਵੀ ਪਿੱਛੇ ਨਹੀਂ ਹੈ, ਅੱਜ ਤਾਂ ਮੁੰਡੇ ਵੀ ਪਿੱਛੇ ਨਹੀਂ ਹੈ। ਇੰਨਾ ਜ਼ਿਆਦਾ ਮੈਚਿੰਗ ਦੇ ਅੰਦਰ ਜਾਂ ਕੱਪੜੇ ਦੇ ਚੱਕਰ ਦੇ ਅੰਦਰ ਉਲਝਿਆ ਪਿਆ ਹੈ ਸਮਾਜ, ਵੀ ਸਾਰਾ ਖਰਚਾ ਹੀ ਜਿਵੇਂ ਇਸੇ ਵਾਸਤੇ ਹੀ ਕਮਾਇਆ ਜਾ ਰਿਹਾ, ਵੀ ਜੋ ਕੁਝ ਹੈ ਮੈਚਿੰਗ ਦੇ ਉੱਤੇ ਖਰਚ ਕਰ ਲਓ, ਵੀ ਇਸ ਤੋਂ ਅੱਗੇ ਤਾਂ ਹੈ ਹੀ ਕੁਛ ਨਹੀਂ। ਖੈਰ ਖੈਰ, ਇਸ ਮਾਮਲੇ ਦੇ ਅੰਦਰ ਅੱਜ ਵੀ ਬੰਦੇ ਨਾਲੋਂ ਔਰਤ ਅੱਗੇ ਹੈ, ਬੰਦੇ ਨਾਲੋਂ ਔਰਤ ਦੇ ਕੱਪੜਿਆਂ ਦੇ ਉੱਤੇ ਅੱਜ ਵੀ ਖਰਚਾ ਜ਼ਿਆਦਾ ਹੀ ਹੈ। ਖੈਰ, ਇਸ ਪਾਸੇ ਮੈਂ ਨਾ ਜਾਵਾਂ। ਇਹ ਜਿਹੜੀ ਨਾ ਬੰਦਾ ਸੋਚਦਾ ਹੈ, ਜਿਹੜੀ ਬਾਹਰੀ ਮੈਚਿੰਗ ਬੰਦਾ ਸੋਚਦਾ ਹੈ ਵੀ ਬਾਹਰੋਂ ਸਮਾਜ ਨੇ ਵੇਖਣਾ ਹੈ, ਰਿਸ਼ਤੇਦਾਰਾਂ ਨੇ ਵੇਖਣਾ ਹੈ, ਮਿੱਤਰਾਂ ਦੋਸਤਾਂ ਨੇ ਵੇਖਣਾ ਹੈ, ਉਹ ਸੋਚਣਗੇ ਇਹਦੇ ਨਾਲ ਪੱਗ ਮੈਚ ਨਹੀਂ ਕਰਦੀ, ਇਹਦੇ ਨਾਲ ਘੜੀ ਮੈਚ ਨਹੀਂ ਕਰਦੀ, ਮੇਰੇ ਬਾਰੇ ਕਹਿਣਗੇ ਕੀ, ਸੋਚਣਗੇ ਕੀ। ਪਰ ਗੱਲ ਅਸਲੀਅਤ ਇਹ ਹੈ, ਜੋ ਤੁਹਾਡੀ ਹਕੀਕਤ ਹੈ ਉਹ ਬਾਹਰੀ ਕੱਪੜਾ ਨਹੀਂ ਹੈ, ਜੁੱਤੀ ਨਹੀਂ ਹੈ, ਉਹ ਤੁਹਾਡੇ ਵਿਚਾਰ ਨੇ, ਇਹ ਗੱਲ ਵੱਖਰੀ ਹੈ। ਵੀ ਆਮ ਗੱਲ ਇਹ ਅਖਾਣ ਵਿੱਚ ਆ ਗਈ, ਕਹਿਣ ਵਿੱਚ ਆ ਗਈ ਵੀ ਬੰਦੇ ਦੀ ਜੁੱਤੀ ਤੋਂ, ਕੱਪੜਿਆਂ ਤੋਂ ਉਹਦੀ ਪਛਾਣ ਹੁੰਦੀ ਹੈ, ਪਰ ਨਹੀਂ, ਬੇਬੁਨਿਆਦੀ ਗੱਲ ਹੈ, ਉਹਦੇ ਵਿਚਾਰਾਂ ਤੋਂ ਉਹਦੀ ਪਛਾਣ ਹੁੰਦੀ ਹੈ ਵੀ ਬੰਦਾ ਹੈ ਕਿਵੇਂ ਦਾ। ਪਰ ਬੰਦੇ ਨੇ ਉਹ ਗੱਲ ਮੰਨ ਲਈ ਵੀ ਕੱਪੜੇ ਜੁੱਤੀ ਤੋਂ ਪਛਾਣ ਹੁੰਦੀ ਹੈ, ਕੱਪੜਾ ਜੁੱਤੀ ਚੰਗਾ ਰੱਖੋ, ਵਿਚਾਰ ਜਿਵੇਂ ਦੇ ਮਰਜ਼ੀ ਰਹਿਣ, ਮੈਲੇ ਰਹਿਣ, ਜੀਰਣ ਰਹਿਣ, ਕਮਜ਼ੋਰ ਰਹਿਣ, ਘਟੀਆ ਰਹਿਣ, ਨੀਵੀਂ ਪੱਧਰ ਦੇ ਰਹਿਣ, ਵਿਚਾਰਾਂ ਨੂੰ ਕੌਣ ਵੇਂਦਾ ਹੈ। ਪਰ ਜਿਹੜੀ ਤੁਹਾਡੀ ਹਕੀਕਤ ਹੈ ਨਾ, ਜਿਹੜੀ ਤੁਹਾਡੀ ਅਸਲੀ ਤਸਵੀਰ ਹੈ, ਉਹ ਤੁਹਾਡੇ ਵਿਚਾਰ ਨੇ, ਤੁਹਾਡਾ ਕੱਪੜਾ ਜੁੱਤੀ ਨਹੀਂ ਹੈ। ਕੱਪੜਾ ਜੁੱਤੀ ਤਾਂ ਮੰਗਵਾਂ ਵੀ ਪਾਇਆ ਜਾ ਸਕਦਾ, ਵਿਚਾਰ ਮੰਗਵੇਂ ਥੋੜ੍ਹਾ ਲੈ ਦਿੱਤੇ ਜਾ ਸਕਦੇ ਨੇ।
ਕੱਪੜਾ ਜੁੱਤੀ ਤਾਂ ਕਿਰਾਏ 'ਤੇ ਲੈ ਕੇ ਵੀ ਪਾ ਸਕਦੇ ਹੋ, ਪਰ ਵਿਚਾਰ ਤਾਂ ਕਿਰਾਏ 'ਤੇ ਲੈ ਕੇ ਨਹੀਂ ਪਾ ਸਕਦੇ। ਤੋ ਖੈਰ, ਕੱਪੜੇ ਦੀ ਮੈਚਿੰਗ ਦਾ ਜਿਹੜਾ ਸਕੂਨ ਹੈ ਨਾ, ਜਿਹੜੀ ਤੁਹਾਡੀ ਖੁਸ਼ੀ ਹੈ, ਉਹ ਥੋੜ੍ਹੇ ਜਿਹੇ ਸਮੇਂ ਵਾਸਤੇ ਖੁਸ਼ੀ ਹੈ ਵੀ ਮੈਂ ਆ ਟਾਈ ਲਾ ਲਈ, ਬੈਲਟ ਲਾ ਲਈ, ਕਮੀਜ਼ ਪਾ ਲਿਆ, $10,000 ਦੀ ਪਾ ਲਓ, ਕੌਣ ਵਹਿੰਦਾ? ਤੁਹਾਨੂੰ ਫਰਕ ਪੈ ਰਿਹਾ ਵੀ ਤੁਸੀਂ $10,000 ਦੀ ਕਮੀਜ਼ ਪਾਈ ਹੈ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਇੱਕ ਤੋਂ ਇੱਕ ਚੰਗੇ ਪਏ ਨੇ, ਇੱਕ ਤੋਂ ਇੱਕ ਮੰਦੇ ਪਏ ਨੇ। ਖੈਰ, ਵਿਚਾਰਾਂ ਦੀ ਮੈਚਿੰਗ ਦੀ ਜਿਹੜੀ ਖੁਸ਼ੀ ਹੈ, ਵਿਚਾਰਾਂ ਦੀ ਮੈਚਿੰਗ ਦਾ ਜਿਹੜਾ ਸਕੂਨ ਹੈ, ਉਹ ਤਾਂ ਜਿਵੇਂ ਬੰਦੇ ਨੇ ਨਸ਼ਾ ਕੀਤਾ ਉਹਨੂੰ ਹੋਵੇ ਨਾ, ਅਤੇ ਨਸ਼ਾ ਵੀ ਉਹ ਨਾ ਦਿਨੇ ਉਤਰੇ ਅਤੇ ਨਾ ਰਾਤ ਉਤਰੇ, ਇੱਦਾਂ ਦਾ ਨਸ਼ਾ ਹੈ ਵਿਚਾਰਾਂ ਦੀ ਖੁਸ਼ੀ ਦਾ ਨਸ਼ਾ। ਜਿਹੜੀ ਕੱਪੜਿਆਂ ਦੀ ਖੁਸ਼ੀ ਹੈ, ਉਹ ਬਿਲਕੁਲ ਮਾਮੂਲੀ ਸਮੇਂ ਲਈ, ਤੁਸੀਂ ਘਰੋਂ ਤੁਰੇ ਬੜੇ ਚੰਗੇ ਸਕੂਨ ਲੈ ਕੇ, ਖੁਸ਼ੀ ਲੈ ਕੇ ਤੁਰੇ ਵੀ ਮੈਂ ਪਾਰਟੀ ਵਿੱਚ ਜਾ ਰਿਹਾ, ਵਿਆਹ ਵਿੱਚ ਜਾ ਰਿਹਾ, ਅੱਜ ਮੇਰੀ ਕਮੀਜ਼ ਵੱਲ ਸਾਰੇ ਵੇਖਣਗੇ, ਘੜੀ ਵੱਲ ਵੇਖਣਗੇ, ਰਿੰਗ ਕੜੇ ਵੱਲ ਵੇਖਣਗੇ। ਪਰ ਜਦੋਂ ਅੱਗੇ ਗਏ, ਹਾਲੀ ਇੰਟਰੀ ਕਰ ਰਹੇ ਸੀ, ਤਾਂ ਤੁਸੀਂ ਵੇਖਿਆ ਵੀ ਇੱਕ ਤੁਹਾਡੇ ਨਾਲ ਉਹ ਅੱਗੇ ਖਲੋਤਾ ਹੈ, ਉਹਦੇ ਜਿਹੜੇ ਵਿਚਾਰ, ਉਹਦੇ ਜਿਹੜੇ ਕਮੀਜ਼ ਉਹ ਤੁਹਾਡੇ ਨਾਲੋਂ ਮਹਿੰਗੀ ਹੈ, ਉਹਦੀ ਜਿਹੜੀ ਪੈਂਟ ਹੈ ਤੁਹਾਡੇ ਨਾਲੋਂ ਮਹਿੰਗੀ, ਉਹਨੇ ਜਿਹੜੀ ਬੈਲਟ ਲਾਈ ਉਹ ਤੁਹਾਡੇ ਨਾਲੋਂ ਮਹਿੰਗੀ ਹੈ, ਜਿਹੜੀ ਘੜੀ ਬੱਧੀ ਉਹ ਤੁਹਾਡੇ ਨਾਲੋਂ ਮਹਿੰਗੀ, ਤੁਹਾਡੀ ਖੁਸ਼ੀ ਤਾਂ ਉੱਥੇ ਹੀ ਸੱਤਿਆਨਾਸ਼ ਹੋ ਗਿਆ ਉਹਦਾ। ਪਰ ਜਿਹੜੇ ਵਿਚਾਰ ਨੇ ਨਾ, ਵਿਚਾਰਾਂ ਦੀ ਖੁਸ਼ੀ ਇੱਦੀ ਇੱਦਾਂ ਮਰਦੀ ਨਹੀਂ ਹੈ। ਵਿਚਾਰਾਂ ਦੀ ਖੁਸ਼ੀ ਹੋਰ ਦੁੱਗਣੀ ਹੁੰਦੀ ਹੈ ਜੇ ਅੱਗੇ ਕੋਈ ਹੋਰ ਤੁਹਾਨੂੰ ਚੰਗੇ ਵਿਚਾਰਾਂ ਵਾਲਾ ਮਿਲ ਜਾਏ, ਉਹਦੇ ਨਾਲ ਸਾਂਝ ਬਣ ਜਾਏ। ਖੁਸ਼ੀ ਹੁੰਦੀ ਹੈ ਵੀ ਇੱਕ ਹੋਰ ਮੇਰੇ ਵਰਗਾ ਮਿਲਿਆ, ਚੰਗੇ ਵਿਚਾਰਾਂ ਵਾਲਾ ਮਿਲਿਆ। ਖੈਰ, ਇਸ ਤੋਂ ਅੱਗੇ ਚੱਲਦੇ ਹਾਂ। ਕੱਪੜੇ ਅਤੇ ਜੁੱਤੀ ਜਿਹਦੇ ਕਮਜ਼ੋਰ ਹੋਣ, ਉਹਦੇ 'ਤੇ ਲੋਕ ਸਵਾਲ ਚੁੱਕਦੇ ਨੇ, ਪਰ ਪਤਾ ਕੌਣ ਚੁੱਕਦੇ ਨੇ? ਜਿਨ੍ਹਾਂ ਦਾ ਵਿਚਾਰਕ ਪੱਖ ਕਮਜ਼ੋਰ ਹੁੰਦਾ ਹੈ, ਜਿਨ੍ਹਾਂ ਦਾ ਅੰਦਰ ਕਮਜ਼ੋਰ ਹੁੰਦਾ ਹੈ, ਜਿਨ੍ਹਾਂ ਦੀ ਸੁਰਤੀ ਕਮਜ਼ੋਰ ਹੁੰਦੀ ਹੈ, ਸੋਚ ਮੰਡਲ ਕਮਜ਼ੋਰ ਹੁੰਦਾ ਹੈ, ਉਹ ਸਵਾਲ ਚੁੱਕਦੇ ਨੇ, ਯਾਰ ਕਮੀਜ਼ ਕਿਵੇਂ ਦੀ ਪਾਈ, ਤੂੰ ਅੱਜ ਕੁਰਤਾ ਚੰਗਾ ਨਹੀਂ ਪਾਇਆ, ਤੂੰ ਅੱਜ ਪੈਂਟ ਚੰਗੀ ਨਹੀਂ ਪਾਈ, ਤੇਰੀ ਸਪੈਕਸ ਚੰਗੇ ਨਹੀਂ ਹੈ, ਤੇਰੀ ਘੜੀ ਚੰਗੀ ਨਹੀਂ ਹੈ, ਜਾਂ ਕਹਿਣਗੇ ਤੇਰੀਆਂ ਵਾਲੀਆਂ ਕਾਂਟੇ ਰਿੰਗ ਚੰਗਾ ਨਹੀਂ ਹੈ। ਪਰ ਵਿਚਾਰ ਉਹ ਚੁੱਕਣਗੇ ਜਿਨ੍ਹਾਂ ਦਾ ਅੰਦਰ ਵਿਚਾਰਕ ਪੱਖ ਕਮਜ਼ੋਰ ਹੁੰਦਾ ਹੈ, ਅਤੇ ਜਿਹੜੇ ਵਿਚਾਰਕ ਨੇ, ਸੂਝ ਰੱਖਣ ਵਾਲੇ ਨੇ, ਅੰਦਰ ਬਲਵਾਨ ਨੇ, ਮਨੋਬਲ ਤਕੜਾ ਹੈ ਜਿਨ੍ਹਾਂ ਦਾ, ਉਹ ਕੱਪੜਿਆਂ ਵੱਲ ਧਿਆਨ ਹੀ ਨਹੀਂ ਦਿੰਦੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ, ਨਾ ਆਪਣੇ ਕੱਪੜਿਆਂ ਦੀ, ਨਾ ਦੂਜੇ ਦੇ ਕੱਪੜਿਆਂ ਵੱਲ ਵੇਖਦੇ ਹੀ ਨਹੀਂ ਵੀ ਇਹਨੇ ਕੀ ਪਾਇਆ ਹੈ ਅਤੇ ਕੀ ਨਹੀਂ ਪਾਇਆ। ਤੁਸੀਂ ਲੱਖ ਯਤਨ ਕਰੋ ਆਪਣੀ ਘੜੀ ਵਿਖਾਉਣ ਦਾ, ਆਪਣੀ ਸ਼ਰਟ ਦੇ ਕਾਲਰ ਚੁੱਕ ਚੁੱਕ ਕੇ ਵਿਖਾਉਣ ਦਾ, ਕੋਟ ਵਿਖਾਓ, ਕੁਛ ਵਿਖਾਓ, ਪਰ ਉਹਨਾਂ ਦੇ ਕੰਨ 'ਤੇ ਜੋ ਨਹੀਂ ਸਰਕਦੀ, ਉਹ ਨਹੀਂ ਵਹਿੰਦੇ, ਕਿਉਂਕਿ ਉਹ ਵਿਚਾਰਾਂ ਦੇ ਮਸਲੇ ਵਿੱਚ ਅੱਗੇ ਨੇ। ਅਤੇ ਜਿਹੜਾ ਵੀ ਬੰਦਾ ਵਿਚਾਰਾਂ ਦੇ ਮਸਲੇ ਵਿੱਚ ਅੱਗੇ ਹੋਏਗਾ, ਕੱਪੜੇ ਦਾ ਰਸ ਬੜਾ ਪਿੱਛੇ ਰਹਿ ਜਾਂਦਾ। ਖੈਰ, ਅੱਜ ਦੁਨੀਆ ਦੇ ਕਿਸੇ ਵੀ ਸਾਹਿਤ ਦਾ ਪੰਨਾ ਖੋਲ੍ਹ ਕੇ ਪੜ੍ਹ ਕੇ ਵੇਖ ਲਓ, ਬਾਹਰੀ ਮੈਚਿੰਗ ਵਾਲਿਆਂ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ, ਅਤੇ ਜਿਨ੍ਹਾਂ ਦਾ ਵਿਚਾਰਕ ਮੈਚਿੰਗ ਵਾਲਾ ਕੰਮ ਤਕੜਾ ਹੈ, ਗੁਰੂ ਦੇ ਨਾਲ, ਰੱਬ ਦੇ ਨਾਲ, ਚੰਗੇ ਵਿਚਾਰਾਂ ਦੇ ਨਾਲ ਜਿਨ੍ਹਾਂ ਦਾ ਤਾਲਮੇਲ ਹੈ, ਉਹਨਾਂ ਦੇ ਵਿਚਾਰ ਅੱਜ ਵੀ ਜਿਉਂਦੇ ਨੇ, ਸਦੀਆਂ ਬੀਤ ਜਾਣ ਤੋਂ ਬਾਅਦ ਅਤੇ ਉਹ ਜਿਉਂਦੇ ਨੇ ਤੁਹਾਡੇ ਵਿਚਾਰਾਂ ਵਿੱਚ। ਤੁਸੀਂ ਗੱਲ ਕਰਦੇ ਹੋ ਵੀ ਇੱਦਾਂ ਫਲਾਣੇ ਸਾਹਿਤਕਾਰ ਨੇ ਕਿਹਾ, ਫਲਾਣੇ ਰਾਈਟਰ ਨੇ ਕਿਹਾ, ਫਲਾਣੇ ਸ਼ਖਸ ਨੇ ਕਿਹਾ, ਉਹ ਤੁਹਾਡੇ ਵਿਚਾਰਾਂ ਦੇ ਜ਼ਰੀਏ ਅੱਜ ਵੀ ਜਿਉਂਦੇ ਨੇ। ਖੈਰ, ਦਰਅਸਲ ਜਿਹੜੀ ਵਿਚਾਰਾਂ ਦੀ ਮੈਚਿੰਗ ਹੁੰਦੀ ਹੈ ਨਾ, ਇਹ ਨਾ ਸੌਖਾ ਕੰਮ ਨਹੀਂ,
ਵੀ ਮੇਰੇ ਵਿਚਾਰ ਮੇਰੇ ਗੁਰੂ ਦੇ ਨਾਲ ਜਾਂ ਮੇਰਾ ਪਿਓ ਸੁਲਝਿਆ ਹੈ ਉਹਦੇ ਵਿਚਾਰਾਂ ਦੇ ਨਾਲ ਮੇਰੇ ਵਿਚਾਰ ਮੇਲ ਖਾ ਜਾਣ, ਤਾਲਮੇਲ ਬਣ ਜਾਏ। ਇਹ ਕੰਮ ਇੰਨਾ ਸੌਖਾ ਨਹੀਂ ਹੈ। ਜੇ ਸੌਖਾ ਹੁੰਦਾ ਤਾਂ ਇਹਨੂੰ ਸਾਰੇ ਕਰ ਲੈਂਦੇ, ਵੀ ਜੋ ਨਹੀਂ ਹੋ ਰਿਹਾ, ਕਿਉਂਕਿ ਪਹਿਲੇ ਪਾਲੇ ਹੋਏ ਵਿਚਾਰ ਜਿਨ੍ਹਾਂ ਨੂੰ ਤੁਸੀਂ ਸੰਭਾਲਿਆ ਹੈ, ਜਿਨ੍ਹਾਂ ਨੂੰ ਤੁਸੀਂ ਪਾਲਿਆ ਹੈ, ਭਾਵੇਂ ਉਹ ਕਮਜ਼ੋਰ ਹੀ ਨੇ, ਭਾਵੇਂ ਉਹ ਜੀਰਣ ਹੀ ਨੇ, ਭਾਵੇਂ ਘਟੀਆ ਹੀ ਨੇ, ਪਰ ਜਿਨ੍ਹਾਂ ਵਿਚਾਰਾਂ ਨੂੰ ਤੁਸੀਂ ਆਪਣੇ ਅੰਦਰ ਜਗ੍ਹਾ ਦੇ ਬੈਠੇ ਆ, ਉਹਨਾਂ ਨੂੰ ਬਾਹਰ ਕੱਢਣਾ ਬੜਾ ਔਖਾ ਹੈ। ਉਹ ਨਿਕਲਣਗੇ ਨਹੀਂ ਤਾਂ ਨਵੇਂ ਵਿਚਾਰ ਆਉਣਗੇ ਕਿਵੇਂ? ਇਹੀ ਕਾਰਨ ਹੈ ਬੰਦਾ ਬਾਹਰੀ ਸੱਜ ਧੱਜ ਦੇ ਅੰਦਰ, ਬਾਹਰੀ ਸ਼ਾਨੋ ਸ਼ੌਕਤ ਦੇ ਅੰਦਰ ਇੰਨਾ ਗਵਾਚ ਗਿਆ, ਵਿਚਾਰਾਂ ਵਾਲਾ ਪੱਖ ਇਹਦਾ ਪੈਰੋ ਪੈਰ ਕਮਜ਼ੋਰ ਹੁੰਦਾ ਨਜ਼ਰ ਪੈ ਰਿਹਾ। ਵਿਚਾਰ ਬਲਵਾਨ ਬਣਾਓ, ਵਿਚਾਰ ਚੰਗੇ ਬਣਾਓ, ਵਿਚਾਰ ਚੰਗੇ ਬਣਨਗੇ ਕਰਮ ਚੰਗੇ ਬਣਨਗੇ, ਕਰਮ ਚੰਗੇ ਬਣਨਗੇ ਆਦਤਾਂ ਚੰਗੀਆਂ ਬਣਨਗੀਆਂ, ਸੰਸਕਾਰ ਚੰਗੇ ਬਣਨਗੇ ਅਤੇ ਜਿਹਨੂੰ ਕਿਸਮਤ ਕਹਿੰਦੇ ਹੋ ਉਹ ਚੰਗੀ ਬਣੇਗੀ। ਵਿਚਾਰ ਚੰਗੇ ਬਣਾਓ। ਵਾਹਿਗੁਰੂ ਜੀ ਕਾ ਖਾਲਸਾ।